ਨਿਮੋ। ਹਾਂਜੀ, ਆ ਕੀ ਬੈਗ ਚੱਕਿਆ? ਬੈਗ ਤਾਂ ਚੱਕਣਾ ਹੀ ਹੈ, ਜਾ ਰਿਹਾ ਫਿਰ ਮੈਂ ਤਾਂ ਗੱਡੀ ਤੇ। ਜਾ ਰਹੇ ਹੋਗੇ? ਮੈਨੂੰ ਦੱਸਿਆ ਵੀ ਨਹੀਂ ਹੈਗਾ ਵੀ ਮੈਂ ਜਾਣਾਗਾ। ਉਹ ਮੈਂ ਤੈਨੂੰ ਰਾਤਾਂ ਨਹੀਂ ਦੱਸਿਆ ਵੀ ਤੂੰ ਫੇਰ ਉਦਾਸ ਹੋ ਜਾਏਗੀ ਵੀ ਸਵੇਰ ਨੂੰ ਜਾਣਾ ਮੈਂ, ਤਾਂ ਕਰਕੇ ਨਹੀਂ ਦੱਸਿਆ ਤੈਨੂੰ। ਹੁਣ ਕਿਹੜਾ ਮੈਂ ਜ਼ਿਆਦਾ ਖੁਸ਼ ਹਾਂ, ਕਦੋਂ ਆਏ ਤੇ ਕਦੋਂ ਗਏ, ਨਾ ਦੱਸਣਾ ਨਾ ਪੁੱਛਣਾ, ਨਾ ਕੋਈ ਗੱਲ ਨਾ ਬਾਤ। ਉਹ ਲਾੜੇਦਾਰ ਨੇ, ਸਾਡਾ ਕੰਮ ਇਹੋ ਜਿਹਾ, ਜਾਂ ਕਿਤੇ ਪਿੰਡ ਦੇ ਨੇੜੇ ਹੁੰਦੇ ਆ ਭੱਜ ਕੇ ਆ ਜਾਂਦੇ ਆ, ਨਹੀਂ ਤਾਂ ਸਾਰਾ ਦਿਨ ਸੜਕਾਂ ਤੇ ਫਿਰਦੇ ਘੁੰਮਦੇ। ਸੋਡਾ ਤਾਂ ਬਾਹਰ ਫਿਰਦਿਆਂ ਦਾ ਜੀ ਲੱਗ ਜਾਂਦਾ ਹੈਗਾ, ਮੇਰਾ ਤਾਂ ਨਹੀਂ ਘਰੇ ਜੀ ਲੱਗਦਾ ਹੈਗਾ, ਪਰ ਮੈਂ ਨਹੀਂ ਛੱਡ ਦਿੰਦੀ। ਗੱਲਾਂ ਦੇਖ ਕੀ ਕਰਦੀ ਹੈ, ਕਹੇ ਥੋੜਾ ਜੀ ਲੱਗ ਜਾਂਦਾ ਹੈ। ਉਹ ਤੇਰੇ ਬਿਨਾ ਮੇਰੇ ਤਾਂ ਕੀ ਜੀ ਨਹੀਂ ਲੱਗਦਾ ਹੈ, ਸਾਰਾ ਦਿਨ ਤੂੰ ਅੱਖਾਂ ਸਾਹਮਣੇ ਰਹਿਣੀ ਹੈ ਬਸ। ਫਿਰ ਹੁਣ ਮੈਂ ਨਹੀਂ ਜਾਣ ਦਿੰਦੀ ਹੈਗੀ, ਬਸ ਰਹਿਣ ਤੋਂ ਜਾਣਾ ਨਹੀਂ ਹੈਗਾ, ਮੇਰਾ ਨਹੀਂ ਜੀ ਲੱਗਦਾ। ਤੇ ਤਾਂ ਬੱਚਿਆਂ ਵਾਂਗੂ ਕਹਿਤਾ ਵੀ ਮੈਂ ਜਾਣ ਨਹੀਂ ਦੇਣਾ, ਬਈ ਹੁਣ ਨੌਕਰੀ ਕੀਤੀ ਹੈ ਤਾਂ ਨਖਰਾ ਕੀ, ਜਾਣਾ ਤਾਂ ਪੈਣਾ ਹੈ। ਫਿਰ ਹੁਣ ਮੈਂ ਵੀ ਕੀ ਕਰਾਂ, ਮੇਰੀ ਮਜਬੂਰੀ ਵੀ ਨਹੀਂ ਸਮਝਦੇ ਹੈਗੇ ਤੁਸੀਂ, ਹੱਦ ਹੋਈ ਪਈ ਆ, ਮੈਂ ਨਹੀਂ ਬੋਲਣਾ, ਬਸ ਜਾਣਾ ਵਗ ਜਾਓ ਫਿਰ, ਮੈਂ ਨਹੀਂ ਬੋਲਦੀ। ਓਏ ਹੋਏ ਹੋਏ, ਆਹ ਕਹਿਰ ਤੋਂ ਨਾ ਢਾ ਬਈ, ਕਹਿੰਦੀ ਮੈਂ ਤਾਂ ਬੋਲਣਾ ਹੀ ਨਹੀਂ, ਜੇ ਤੂੰ ਨਹੀਂ ਬੋਲੇਗੀ ਮਰੀ ਨਹੀਂ ਜਾਊਂਗਾ ਮੈਂ। ਹਾਏ ਹਾਏ, ਐਂ ਕਾਹਤੋਂ ਬੋਲਦੇ ਹੋ, ਛੁੱਪ ਛੁੱਪ ਬੋਲੋ। ਚੱਲ ਠੀਕ ਹੈ, ਮੈਂ ਨਹੀਂ ਗੁੱਸਾ ਕਰਦੀ ਹੈਗੀ, ਹੁਣ ਤੁਸੀਂ ਰੋਟੀ ਪਾਣੀ ਤਾਂ ਖਾ ਕੇ ਵਗ ਜਾਂਦੇ, ਮੈਨੂੰ ਦੱਸਿਆ ਵੀ ਨਹੀਂ ਹੈਗਾ, ਰੋਟੀ ਬਣੀ ਪਈ ਹੈ, ਮੈਂ ਤਾਂ ਉਹਨੂੰ ਪੁੱਛਣੀ ਆ ਰਹੀ ਸੀ ਵੀ ਰੋਟੀ ਖਾ ਲਓ। ਮੈਂ ਸੋਚਿਆ ਤੂੰ ਔਖੀ ਹੋਵੇਗੀ, ਰੋਟੀ ਬਣਾਏਗੀ, ਕਿਹੜੇ ਵਕਤ ਮੇਰੇ ਨਾਲ ਗੱਲਬਾਤ ਕਰੇਗੀ, ਮੈਂ ਕਿਹਾ ਚੱਲ ਉੱਥੇ ਢਾਬੇ ਢੁਬੇ ਤੇ ਖਾ ਲਾਂਗੇ ਕਿਤੇ। ਫਿਰ 2 ਮਿੰਟ ਤਾਂ ਬਹਿ ਜਾਓ, ਗੱਲਾਂ ਕਰਕੇ ਵਗ ਜਾਓ, ਹੁਣ ਪਤਾ ਨਹੀਂ ਕਦੋਂ ਮੁੜ ਕੇ ਆਉਂਗੇ। ਹਾਏ ਮੇਰੀਆਂ ਮਜਬੂਰੀਆਂ ਨਿੰਮੋ, ਜੇ ਮਜਬੂਰੀਆਂ ਨਾ ਹੋਣ ਨਾ 2 ਮਿੰਟ ਵੀ ਤੇ ਤੁਪਰਾ ਨਾ ਹੋਣ, ਬਸ ਕੀ ਕਰਾਂ। ਚੱਲ ਤੂੰ ਆਖਦੀ ਹੈ 2 ਮਿੰਟ ਬਹਿ ਜਾ। ਹੁਣ ਦੇਖ ਲਓ, ਜਿੱਦੇ ਦਾ ਆਪਣਾ ਵਿਆਹ ਹੋਇਆ, ਬਸ ਵਿਆਹ ਦੇ ਚੋ ਚੋ ਚ ਪਹਿਲਾਂ ਤੁਸੀਂ 4 ਦਿਨ ਮੇਰੇ ਲਵੇ ਰਹੋਗੇ, ਉਦੋਂ ਬਾਅਦ ਕਦੇ ਵੀ ਨਹੀਂ ਵੀ ਹਾਂ 4 ਦਿਨ ਮੇਰੇ ਲਵੇ ਰਹਿ ਗਏ, ਬੰਦਾ ਕਿਤੇ ਜਾ ਆਵੇ, ਘੁੰਮ ਫਿਰ ਆਵੇ, ਮੇਰਾ ਵੀ ਤਾਂ ਜੀ ਕਰਦਾ ਗਾ। ਹਾਂ ਸੱਚ, ਘੁੰਮਣ ਘੁੰਮਣ ਵਾਲੀ ਗੱਲ ਤਾਂ ਯਾਦ ਕਰਾ ਤੀ, ਹੁਣ ਕਦੇ ਵਿਹਲੇ ਜਾ ਹੋ ਕੇ ਨਾ ਸ਼ਿਮਲੇ ਘੁਮਾ ਕੇ ਲਿਆਉਂਗਾ ਤੈਨੂੰ। ਰਹਿਣ ਦੋ ਰਹਿਣ ਦੋ, ਮੇਰਾ ਤਾਂ ਉਰੀ ਸ਼ਿਮਲਾ ਹੈ, ਇਹ ਤਾਂ ਤੁਹਾਡੀਆਂ ਗੱਲਾਂ ਹੀ ਨੇਗੀਆਂ ਜਿਹੜੀਆਂ ਕਰਕੇ ਵਗ ਜਾਂਦੇ ਹੋਗੇ, ਹੁਣ ਤੁਹਾਨੂੰ ਆਏ ਹੈ ਵੀ ਹੁਣ ਖੁਸ਼ ਹੋ ਜੂਗੀ, ਮੈਨੂੰ ਭੇਜ ਦੂਗੀ ਖੁਸ਼ ਹੋ ਕੇ। ਕਾਹਨੂੰ ਨੇ ਗੱਲਾਂ, ਨਹੀਂ ਐ ਕਰ, ਗੱਡੀ 'ਚ ਮੇਰੇ ਨਾਲ ਹੀ ਚੱਲ, ਜਿੱਦੇ ਉੱਧਰ ਦਾ ਚੱਕਰ ਮਿਲਿਆ ਨਾ ਤੈਨੂੰ ਨਾਲ ਲੈ ਚੱਲੂੰਗਾ। ਹਾਂਜੀ, ਹੋਰ ਕੁਛ ਜੀ? ਰਹਿਣ ਦੋ ਬਸ, ਮੈਂ ਨਹੀਂ ਹੁਣ ਤੁਹਾਡੀਆਂ ਗੱਲਾਂ 'ਚ ਆਉਣਾ ਹੈਗਾ। ਕਿਸੇ ਹੋਰ ਦੀਆਂ ਗੱਲਾਂ 'ਚ ਤਾਂ ਨਹੀਂ ਆਉਣ ਲੱਗ ਗਈ? ਲੈ ਦੱਸ ਹੁਣ, ਮੇਰੇ ਤੇ ਗੱਲ ਪਾ ਦੋ ਪੁੱਠੀ, ਨਾਲੇ ਕਹਿੰਦੀ ਮੈਂ ਗਲਤੀ ਨਹੀਂ ਮੰਨਣੀ ਤੁਸੀਂ, ਨਾਲੇ ਕਹਿੰਦੀ ਮੈਂ ਤੁਹਾਡੀਆਂ ਗੱਲਾਂ 'ਚ ਨਹੀਂ ਆਉਣਾ ਹੈਗਾ, ਮੇਰੀਆਂ ਗੱਲਾਂ 'ਚ ਤਾਂ ਆਉਣਾ ਹੀ ਪਊਗਾ ਤੈਨੂੰ। ਸੱਚੀ ਕਹਾਂ ਜੀ, ਮੇਰਾ ਜਮੀ ਜੀ ਨਹੀਂ ਲੱਗਦਾ ਹੈਗਾ ਜਦੋਂ ਤੁਸੀਂ ਵਗ ਜਾਂਦੇ ਹੋ। ਪਤਾ ਹੈ ਮੈਨੂੰ ਨਿੰਮੋ, ਇਕੱਲੇ ਬੰਦੇ ਨੂੰ ਨਾ ਘਰ ਖਾਣ ਨੂੰ ਆਉਂਦਾ ਹੈਗਾ। ਜੇ ਤੂੰ ਇਹ ਪੁੱਛੇ ਨਾ, ਮੈਂ ਤੈਨੂੰ ਧੁਰ ਅੰਦਰੋਂ ਤੱਕ ਪੜੀ ਬੈਠਾ, ਨਹੀਂ ਲਾਉਂਦੀ ਦਿਲ ਮੇਰੇ ਬਿਨਾਂ, ਪਰ ਮੈਂ ਕਰਾਂ ਤਾਂ ਕੀ ਕਰਾਂ, ਮੇਰੀਆਂ ਮਜਬੂਰੀਆਂ ਨਿੰਮੋ। ਚਲੋ ਤੁਸੀਂ ਉਦਾਸ ਨਾ ਹੋ, ਤੁਸੀਂ ਬਾਹਰ ਜਾਣਾ ਗੱਡੀ ਤੇ, ਮੈਨੂੰ ਵੀ ਫਿਰ ਡਰ ਜਾ ਰਹਿੰਦਾ, ਇੱਥੇ ਮੈਂ ਵੀ ਸੁੱਖਾਂ ਸੁੱਖਦੀ ਹਾਂ। ਸਹੀ ਸਲਾਮਤ ਜਾਓ ਅਤੇ ਸਹੀ ਸਲਾਮਤ ਘਰੇ ਆ ਜਾਓ, ਇਹੀ ਟੈਨਸ਼ਨ ਬਣੀ ਰਹਿੰਦੀ ਹੈ ਮੈਨੂੰ, ਹੋਰ ਕੋਈ ਗੱਲ ਨਹੀਂ ਹੈਗੀ, ਇਹ ਤਾਂ ਬਹਾਨੇ ਨੇ ਤੁਹਾਨੂੰ ਰੋਕਣ ਦੇ ਵੀ ਮੇਰਾ ਜੀ ਨਹੀਂ ਲੱਗਦਾ, ਵੱਡੀ ਗੱਲ ਤਾਂ ਇਹ ਹੈ ਵੀ ਮੇਰਾ ਡਰ ਹੈ ਜਿਹੜਾ ਤੁਹਾਨੂੰ ਜਾਣ ਨਹੀਂ ਦਿੰਦਾ। ਹਾਏ ਨਿੰਮੋ, ਚੱਲ ਦੁਨੀਆ 'ਤੇ ਕੋਈ ਤਾਂ ਹੈ ਜਿਹਨੂੰ ਮੇਰੀ ਫਿਕਰ ਹੈ,
ਸ਼ੁਕਰ ਹੈ ਰੱਬ ਦਾ, ਮੈਨੂੰ ਇਹੋ ਜਿਹੀ ਘਰ ਵਾਲੀ ਤਾਂ ਮਿਲੀ ਹੈ ਜੋ ਮੇਰਾ ਫਿਕਰ ਕਰਦੀ ਹੈ। ਸੱਚੀ ਗੱਲ ਦੱਸਾਂ ਨਾ, ਬਹੁਤ ਬੰਦਿਆਂ ਨੂੰ ਤਾਂ ਇਸੇ ਗੱਲ ਦਾ ਫਿਕਰ ਹੈ। ਆ ਦੇਖ ਲਓ, ਆਪਦੀ ਸਿਹਤ ਦਾ ਵੀ ਧਿਆਨ ਨਹੀਂ ਰੱਖਦੇ ਹੈਗੇ। ਹੁਣ ਕਿਹੜਾ ਕੋਈ ਦਵਾਈ ਲਈ ਹੋਣੀ, ਆ ਖਾਂਸੀ ਕਿਵੇਂ ਹੋਈ ਪਈ ਹੈਗੀ? ਇਹ ਤਾਂ ਮਾੜੀ ਜੀ ਠੰਡ ਜੀ ਲੱਗ ਗਈ, ਹੋਰ ਤਾਂ ਕੁਛ ਨਹੀਂ, ਦਵਾਈ ਬੂਟੀ ਲੈ ਲੂੰਗਾ ਕੋਈ ਨਾ ਕੋਈ। ਮੈਨੂੰ ਪਤਾ ਕਿਹੜੀ ਦਵਾਈ ਲੈਣੀ ਹੈ, ਆ ਜਾਣ ਸਾਰ ਬਸ ਗੱਡੀ ਦਾ ਰੂਟ ਫੜੇ ਆ, ਉਦੋਂ ਬਾਅਦ ਪਤਾ ਨਹੀਂ ਕਿੱਥੇ ਜਾ ਕੇ ਰੋਕਣੀ ਹੈ ਗੱਡੀ। ਕਿੱਥੇ ਕੀ ਜਾ ਕੇ ਰੋਕਣੀ ਹੈ, ਜਾਂ ਢਾਬੇ ਤੇ ਜਾਂ ਜਿੱਥੇ ਮਾਰ ਪਲਟੀ ਕਰਨਾ, ਹੋਰ ਅਸੀਂ ਗੱਡੀ ਕਿੱਥੇ ਰੋਕਣੀ ਹੈ। ਚਲੋ ਜੀ, ਹੁਣ ਜੇ ਤੁਸੀਂ ਜਾਣਾ ਤਾਂ ਟਾਈਮ ਨਾਲ ਵਗ ਜਾਓ, ਕੀ ਫਾਇਦਾ ਮੈਂ ਦਿਨ ਛਿਪਣ ਲੱਗ ਰਿਹਾ, ਫਿਰ ਮੈਨੂੰ ਇੱਥੇ ਟੈਨਸ਼ਨ ਰਹੂਗੀ ਵੀ ਤੁਸੀਂ ਰਾਤ ਨੂੰ ਡਰਾਈਵਿੰਗ ਕਰੋਗੇ। ਚੰਗਾ, ਉਦਾਸ ਤਾਂ ਨਹੀਂ ਹੁੰਦੀ? ਨਹੀਂ ਹੁੰਦੀ ਜੀ, ਮੈਨੂੰ ਵੀ ਪਤਾ ਗਾ ਹੁਣ ਰਸਤੇ 'ਚ ਜਾਣਾ ਤੁਸੀਂ, ਮੈਂ ਕਿਉਂ ਉਦਾਸ ਹੋਊਂਗੀ, ਤੁਸੀਂ 2 ਮਿੰਟ ਮੇਰੇ ਕਰਕੇ ਬੈਠ ਗਏ, ਇੰਨੀ ਬਹੁਤ ਹੈ। ਮਨ ਮਾਰ ਕੇ ਕਹਿ ਤਾਂ ਦਿੰਦੀ ਆ ਵੀ ਤੁਸੀਂ ਵਗ ਜਾਓ, ਪਰ ਇਹ ਚੰਦਰਾ ਦਿਲ ਮੰਨਦਾ ਨਹੀਂ ਹੈਗਾ, ਇਹਨੂੰ ਕੌਣ ਸਮਝਾਵੇ। ਲੈ ਵੀ ਦੱਸਿਆ, ਬਾਂਤਾ ਤਾਂ ਗਿਆ ਹੁਣ ਗੱਡੀ 'ਤੇ, ਜਿਹੜੇ ਹਿਸਾਬ ਨਾਲ ਬੈਜ ਦਾ ਚੱਕੀ ਜਾਂਦਾ ਹੈ, ਮੈਨੂੰ ਨਹੀਂ ਲੱਗਦਾ ਵੀ 5-10 ਦਿਨ ਪਹਿਲਾਂ ਮੁੜ ਜੂਗਾ। ਅਤੇ ਫਿਰ ਭਰਜਾਈ ਘਰੇ ਇਕੱਲੀ ਹੈ, ਜੇ ਇਕੱਲੀ ਹੈ ਤਾਂ ਉਹਨੂੰ ਮਿਲਣਾ ਤਾਂ ਬਣਦਾ, ਦੇਖਦੇ ਹਾਂ ਕੀ ਕਹਿੰਦੀ ਆ। ਬਾਹਲੀ ਤੱਤੀ ਆ ਵੈਰਨਾ, ਸਾਰੇ ਪਿੰਡ 'ਚ ਇਸ ਦੇ ਚਰਚੇ ਨੇ, ਜਿੰਨੀ ਕਿ ਇਹ ਸੋਹਣੀ ਹੈ ਨਾ, ਇੰਨੀ ਸੋਹਣੀ ਤਾਂ ਕੋਈ ਹੈ ਨਹੀਂ, ਨੈਣ ਨਕਸ਼ੀ ਵਾਲੇ ਘੈਂਟ ਨੇ। ਚੱਲ ਓਏ ਮਨਾ, ਦੇਖੀਏ ਭਾਬੀ ਦੀ ਅੱਖ ਦਾ ਨਜ਼ਾਰਾ ਫਿਰ। ਕਿਵੇਂ ਆ ਭਰਜਾਈ? ਮੈਂ ਤਾਂ ਠੀਕ ਆ, ਤੂੰ ਰੇ ਕੀ ਕਰਦਾ ਗਾ? ਉਹ ਮੈਂ ਤਾਂ ਇੱਥੋਂ ਦੀ ਲੰਘਿਆ ਜਾਂਦਾ ਸੀ, ਮੈਂ ਸੋਚਿਆ ਵੀ ਆ ਭਰਜਾਈ ਔਖੀ ਹੋਣ ਲੱਗ ਰਹੀ ਹੈ, ਵੀ ਚੱਲ ਲੱਕੜਾਂ ਜੀ ਸੈੱਟ ਕਰਾਇਆ ਵਾ ਨਾ। ਮੈਂ ਤਾਂ ਡੰਡਾ ਲੈਣ ਆਈ ਸੀਗੀ, ਉਹ ਮੱਛਰਦਾਨੀ ਜਿਹਦਾ ਉਹ ਟੁੱਟ ਰਿਹਾ ਤੇ ਇੱਕ ਡੰਡਾ ਜਿਹਾ ਉਹ ਸੈੱਟ ਕਰਨਾ ਸੀਗਾ, ਮੇਰੇ ਹਿਸਾਬ 'ਚ ਤਾਂ ਆਜੂਗਾ ਸਹੀ, ਠੀਕ ਰਹੂਗਾ ਇਹ। ਇਹ ਤਾਂ ਠੀਕ ਹੈ ਭਰਜਾਈ, ਇੱਧਰ ਫੜਾ ਕਿਤੇ ਮੂਹਰੇ 'ਚ ਧਰ ਦੇ ਨਾ। ਮੈਨੂੰ ਇੱਕ ਗੱਲ ਦੱਸ, ਸਿਆਲਾਂ 'ਚ ਮੱਛਰਦਾਨੀਆਂ ਕੌਣ ਲਾਉਂਦਾ? ਨਾ ਹੁਣ ਸਿਆਲ ਕਿੱਥੇ ਰਹਿ ਗਿਆ, ਹੁਣ ਤਾਂ ਸਿਆਲ ਜਾ ਰਿਹਾ ਹੈਗਾ, ਹੁਣ ਤਾਂ ਮੱਛਰ ਆਊਗਾ ਹੀ ਆਊਗਾ। ਮੈਂ ਤਾਂ ਪਹਿਲੀ ਤਿਆਰੀ ਕਰਕੇ ਰੱਖ ਲੈਂਦੀ ਹੁੰਦੀ ਹੈਗੀ, ਬਾਅਦ 'ਚ ਫਿਰ ਔਖਾ ਹੁੰਦਾ ਗਾ ਬੰਦਾ। ਤੂੰ ਸੁਣਾ, ਤੂੰ ਉਰੇ ਕੀ ਕਰਦਾ ਗਾ? ਭਰਜਾਈ ਮੈਂ ਤਾਂ ਤੇਰੇ ਕੋਲ ਇੱਕ ਕੰਮ ਆਇਆ ਸੀ। ਹਾਂ ਦੱਸ। ਦੱਸਣਾ ਕੀ ਹੈ? ਮੈਂ ਸੋਚਿਆ ਵੀ ਜਾਂਦੇ ਜਾਂਦੇ ਭਰਜਾਈ ਨੂੰ ਮਿਲ ਚੱਲੀਏ, ਮਿਲਣ ਆਇਆ ਸੀ ਮੈਂ ਤੈਨੂੰ। ਨਾ ਮਿਲਣ ਨੂੰ ਮੈਥੋਂ ਬੜੇਵੇ ਲੈਣੇ ਨੇ ਤਾਂ, ਤੂੰ ਕੰਮ ਦੱਸ ਕੀ ਹੈ, ਨਹੀਂ ਜਾ ਉਰੋਂ। ਓਏ ਬੜੇਵੇ ਤਾਂ ਖਾਂਦੇ ਨੇ ਡੰਗਰ, ਪੂਰਾ ਫੜਾ। ਹਾਂ ਦੱਸ। ਮੈਂ ਤਾਂ ਕਾਲਾ ਮਾਲ ਲੈਣ ਆਇਆ ਸੀ। ਹੈਗਾ ਮਾਲ ਨੂੰ ਅਸੀਂ ਬਲੈਕੀ ਆ, ਮੰਨਿਆ ਸੀ ਡਰਾਈਵਰ ਆ, ਪਰ ਬਲੈਕ ਤਾਂ ਨਹੀਂ ਕਰਦੇ ਹੈਗੇ, ਮਾਲ ਵਾਲਾ ਕੀ ਮਤਲਬ ਹੈ ਤੇਰਾ? ਓਏ ਭੋਲੀਆਂ ਗੱਲਾਂ ਕਰਨ ਲੱਗ ਗਈ ਨਾ ਭਰਜਾਈ, ਹੁਣ
ਬਾਈ ਗੇੜਾ ਗੂੜਾ ਲਾਉਂਦਾ ਹੈ, ਇੰਨੀ ਕੁ ਤਾਂ ਉਹੀ ਰੱਖਦੇ ਨੇ। ਮੈਨੂੰ ਨਹੀਂ ਪਤਾ ਹੈਗਾ ਇਹਨਾਂ ਗੱਲਾਂ ਦਾ, ਨਾਲੇ ਬਕਵਾਸ ਜੀ ਨਾ ਕਰ ਮੇਰੇ ਕੋਲ। ਜਦੋਂ ਤੇਰਾ ਬਾਈ ਆਊਗਾ ਉਹਨੂੰ ਆ ਕੇ ਪੁੱਛ ਲਈ ਜਿਹੜੀ ਗੱਲ ਪੁੱਛਣੀ ਹੈ, ਵਗ ਜਾ ਇੱਥੋਂ। ਉਹ ਭਰਜਾਈ ਕਬੀਲਦਾਰੀ ਤਾਂ ਤੇਰੇ ਹੱਥ 'ਚ ਹੈ, ਬਾਈ ਨੂੰ ਕੀ ਪੁੱਛੂੰਗਾ ਮੈਂ, ਤੈਨੂੰ ਇਹ ਸੰਭਾਲਦਾ ਹੋਊਗਾ ਸਾਰਾ ਸਮਾਨ। ਨਾ ਫਿਰ ਹੁਣ ਮੈਨੂੰ ਉਹ ਭੁੱਕੀਆਂ ਸੰਭਾਊਗਾ ਜਾਂ ਹੋਰ ਚੀਜ਼ਾਂ ਸੰਭਾਊਗਾ, ਹੱਦ ਹੋਈ ਪਈ ਆ ਤੇਰੇ ਵਾਲੀ ਜਮੀ। ਲੈ ਭਰਜਾਈ ਹੱਦ ਵਾਲੀ ਇਹ 'ਚ ਕਿਹੜੀ ਗੱਲ ਹੈ, ਉਹ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈ, ਨਾਲੇ ਮੈਂ ਕਿਹੜਾ ਇਹ ਖਾਣੀ ਦੀ, ਮੈਂ ਤਾਂ ਕਿਸੇ ਦਾ ਫਾਇਦਾ ਕਰਵਾਉਣਾ ਸੀ। ਤੂੰ ਨਾ ਬਾਲੀ ਬਕਵਾਸ ਜੀ ਨਾ ਕਰ ਮੇਰੇ ਨਾਲ, ਚੁੱਪ ਕਰਕੇ ਤੂੰ ਤੁਰ ਜਾ। ਨਹੀਂ ਆ ਦੇਖਿਆ ਨਾ ਇਸ ਨਾਲੇ ਗਿੱਟੇ ਗਿੱਟੇ ਛੰਗੂ ਤੇਰੇ ਲੱਗਿਆ ਉਰੇ ਬੋਲਣਾ ਜਾਂ ਬਗ ਜਾ ਇੱਥੋਂ। ਉਹ ਭਾਬੀ ਜਾਣ ਨੂੰ ਕਿਹੜਾ ਮੈਂ ਤੇਰੀਆਂ ਟੂਮਾਂ ਚੱਕ ਲਈਆਂ ਭਲਾ, ਉਹ 2 ਮਿੰਟ ਆਏ ਆ, ਤੂੰ ਗੱਲਾਂ ਬਾਤਾਂ ਕਰ ਲੈ, ਚੱਲ ਇੰਨੇ 'ਚ ਮੈਂ ਵਗ ਜੂੰ ਆਪੇ। ਮੈਂ ਨਾ ਤੈਨੂੰ ਹੁਣ ਪਿਆਰ ਨਾਲ ਬੋਲ ਰਹੀ ਸੀ, ਤੇ ਮੇਰਾ ਗੁੱਸਾ ਹਜੇ ਦੇਖਿਆ ਨਹੀਂ ਹੈਗਾ, ਮੈਂ ਤਾਂ ਕਹਿੰਦੀ ਹਾਂ ਕਾਹਨੂੰ ਕਾਹਨੂੰ ਐਵੇਂ ਧਨੇਸੜੀ ਲੈ ਕੇ ਜਾਏਗਾ, ਮੈਂ ਤਾਂ ਵਗ ਜਾ ਇੱਥੋਂ ਚੁੱਪ ਕਰਕੇ। ਭਰਜਾਈ ਮੈਂ ਦੇਖਣੀ ਤੇਰਾ ਪਿਆਰ ਆਇਆ, ਗੁੱਸੇ ਤੋਂ ਮੈਂ ਕੀ ਲੈਣਾ, ਤੂੰ ਬਸ ਪਿਆਰ ਦੇ ਬੇ। ਵਗ ਜਾ ਨਾ ਮੇਰਾ ਦਿਮਾਗ ਖਰਾਬ ਕਰ, ਕਿੱਥੋਂ ਆਇਆ ਗਾ ਉਰੇ, ਨਾ ਘਰੇ ਤੈਨੂੰ ਪੁੱਛਣ ਵਾਲਾ ਹੈ ਨਹੀਂ ਕੋਈ। ਓਏ ਮੈਨੂੰ ਤਾਂ ਘਰੇ ਬਹੁਤ ਪੁੱਛਦੇ ਨੇ ਵੀ ਕਿੱਥੇ ਗਿਆ ਸੀ, ਕਦੋਂ ਆਏਗਾ, ਪਰ ਮੈਂ ਤਾਂ ਤੇਰਾ ਹਾਲ ਚਾਲ ਪੁੱਛਣ ਆਇਆ ਸੀ। ਹੁਣ ਤੇਰਾ ਹਾਲ ਚਾਲ ਪੁੱਛਣ ਵਾਲਾ ਕੋਈ ਹੈ ਨਹੀਂ, ਬੰਤਾ ਦੀ ਉਹ ਗੱਡੀ ਲੈ ਕੇ ਲੰਘਿਆ ਰੂਟ ਤੇ। ਜੇ ਤੈਨੂੰ ਘਰੇ ਪੁੱਛਣ ਵਾਲਾ ਹੁੰਦਾ ਨਾ ਕੋਈ, ਤੂੰ ਉਰੇ ਨਹੀਂ ਫਿਰਦਾ ਸੀਗਾ, ਆਹ ਕੰਮ ਨਹੀਂ ਕਰਦਾ ਸੀਗਾ। ਓਏ ਕੰਮ ਨੂੰ ਮੈਂ ਦੱਸ ਕੀ ਕਰਤਾ, ਤੂੰ ਹੁਣ ਮੇਰੀ ਗੱਲ ਸੁਣ, ਲਿਆ ਦੇ ਇਹ ਹੈਗਾ ਥੋੜਾ ਮੋਟਾ ਮਾਲ। ਮੇਰੇ ਲਵੇ ਕੁਛ ਨਹੀਂ ਹੈਗਾ, ਸ਼ਰਮ ਕਰ ਲੈ ਮਾੜੀ ਮੋਟੀ, ਹਜੇ ਵੀ ਮੈਂ ਤੈਨੂੰ ਸਮਝਾਈ ਨਹੀਂ, ਇੰਨੀ ਬੇਇੱਜ਼ਤੀ ਤੈਨੂੰ ਮਹਿਸੂਸ ਨਹੀਂ ਹੋਈ ਹੈਗੀ ਹਜੇ ਤੱਕ। ਉਹ ਕਿਹੜੀ ਬੇਇੱਜ਼ਤੀਆਂ ਦੀਆਂ ਗੱਲਾਂ ਕਰਦੀਆਂ ਭਰਜਾਈ, ਆਹ ਬੇਇੱਜ਼ਤੀ ਬੇਇੱਜ਼ਤੀ ਕੀ ਚੀਜ਼ ਹੁੰਦੀ ਹੈ, ਇਹ ਕੋਈ ਚੀਜ਼ ਨਹੀਂ ਹੁੰਦੀ। ਬੇ ਵਗ ਜਾ ਤੇਰਾ ਬਾਈ ਤੇਰੇ ਤੇ ਇੰਨਾ ਭਰੋਸਾ ਕਰਦਾ, ਉਹ ਬਾਹਰ ਗਿਆ ਨੀ, ਤੂੰ ਨਾਲ ਦੀ ਨਾਲ ਘਰੇ ਆ ਵੜਿਆ, ਸ਼ਰਮ ਕਰ ਲਿਆ ਕਰ ਮਾੜੀ ਮੋਟੀ, ਕਿਸੇ ਦਾ ਵਿਸ਼ਵਾਸ ਨਹੀਂ ਤੋੜੀ ਨਾ ਹੁੰਦਾ। ਚੱਲ ਭਾਬੀ ਜੇ ਤੂੰ ਇੰਨੇ ਹੀ ਗੁੱਸੇ ਹੁੰਦੀ ਹੈ, ਮੈਨੂੰ ਲੱਗਦਾ ਅੱਜ ਤੇਰਾ ਮੂਡ ਠੀਕ ਨਹੀਂ ਗਿਆ, ਬਾਈ ਦੇ ਜਾਣ ਦੇ ਚੱਕਰ 'ਚ ਨਾ ਤੂੰ ਅੱਜ ਤੱਕ ਕਿਤੇ ਹੋਰੇ ਟੇਸ਼ਨ ਤੋਂ ਬੋਲਦੀ ਹੈ। ਚੱਲ ਠੀਕ ਹੈ, ਚੰਗਾ ਭਰਜਾਈ ਮੈਂ ਚੱਲਦਾ, ਤੂੰ ਠੰਡੀ ਰਹਿ ਪਰਾ। ਮੈਂ ਤਾਂ ਠੰਡੀ ਸੀ, ਤੱਤੀ ਦਾ ਹਜੇ ਦੇਖੀ ਨਹੀਂ ਹੈਗੀ, ਆਹੀ ਨਾ ਤੇਰੇ ਗੁੱਟਿਆਂ 'ਚ ਪੈਂਦਾ, ਤੈਨੂੰ ਫੇਰ ਪਤਾ ਲੱਗਦਾ ਉਹਨਾਂ ਦੇ ਡਰਾਈਵਰ ਉਹਦਾ ਨਸ਼ਾ ਪੱਤਾ ਰੱਖਦੇ ਆ ਘਰੇ, ਮੂੰਹ ਚੱਕ ਕੇ ਤੁਰੇ ਆਉਂਦੇ ਨੇ, ਦੇ ਸ਼ਰਮ ਨਹੀਂ ਆਉਂਦੀ ਹੈਗੀ ਵੀ ਇਕੱਲੀ ਜਨਾਨੀ ਹੈ ਘਰੇ, ਤੂੰ ਤੁਰੇ ਫਿਰੀ ਜਾਂਦੇ ਨੀ ਘਰੇ, ਇਹਨਾਂ ਨੂੰ ਕੋਈ ਪੁੱਛਦਾ ਨਹੀਂ, ਸਾਰਾ ਦਿਨ ਅਵਾਰਾ ਗੱਡੀਆਂ 'ਤੇ ਰਹਿੰਦੇ ਨੇ, ਤੂੰ ਆਉਂਦੇ ਨੂੰ ਮੁੜ ਕੇ ਨਾ ਆਹੀ ਗੁੱਟਿਆਂ 'ਚ ਲਾਉਂਦੇ ਨੇ ਜਿਹੜਾ ਮੁੜ ਕੇ ਅੰਦਰ ਝਾਕ ਵੀ ਜਾਵੇ। ਕਰੀਆਂ ਪੁੱਤ ਆ ਜਾ ਤਾਂ ਹੀ ਕਰੀਆਂ, ਆ ਜਾ ਆ ਜਾ। ਕੀ ਬਣਾ ਰਹੀ ਤੀ? ਕੁਛ ਨਹੀਂ ਬਸ ਹੁਣ ਇਹ ਕੰਮ ਜੇ ਨਿਬੇੜ ਕੇ ਬੈਠੀ ਸੀ। ਕਰ ਕਿਹੜਾ ਮਾਰਿਆ ਕਰ ਸਾਡੇ ਘਰੇ ਵੀ, ਬਸ ਤਾਂ ਹੀ ਟਾਈਮ ਹੀ ਨਹੀਂ ਲੱਗਦਾ ਹੈਗਾ, ਹੁਣ ਕੁਝ ਦਿਨ ਛੋਟੇ ਛੋਟੇ ਹੁੰਦੇ ਨੇਗੇ, ਪਰ ਤੂੰ ਸੁਣਾ ਕੇ ਮੇ ਰਹਿਣੀ ਆ। ਬਸ ਆ ਗੋਡੇ ਜੇ ਦੁਖਦੇ ਤੇ ਪੁੱਤ ਦਵਾਈ ਲੈਣੀ ਸੀਗੇ, ਉਹ ਮੈਂ ਘਰੇ ਪੈਸੇ ਮੰਗੇ ਮੁੰਡੇ ਤੋਂ, ਬਹੂ ਨੇ ਕਲੇਸ਼ ਕਰ ਲਿਆ, ਕਹਿੰਦੇ ਵੀ ਬੁੜੀ ਤੇ ਪੈਸੇ ਲਾਈਆਂ ਨੇ ਆਪਣੀ ਮਾਂ ਤੇ, ਵੀ ਪੈਸੇ ਵੀ ਜੋੜ ਲਿਆ ਕਰ ਕੋਈ, ਨਾ ਤਾਂ ਮੇਰੇ ਤੋਂ ਕੰਮ ਭਾਲਦੇ ਨੇ ਵੀ ਕੰਮ ਨਹੀਂ ਕਰਦੀ ਬੁੜੀ, ਜੇ ਮੈਂ ਠੀਕ ਹੋਊਂਗੀ ਤਾਂ ਹੀ ਮੈਂ ਕੰਮ ਕਰੂੰ ਕੋਈ, ਘਰ ਦਾ ਵੀ ਦੱਸ ਦੱਸਦਾ ਹੀ ਉਹਨੂੰ ਵੀ ਸ਼ਰਮ ਚਾਹੀਦੀ ਆ ਮਾੜੀ ਮੋਟੀ, ਵੀ ਤੇਰਾ ਕੀ ਹੱਕ ਨਹੀਂ ਹੈਗਾ ਘਰ 'ਚ, ਦਵਾਈ ਬੂਟੀ ਪਿੱਛੇ ਵੀ ਬੋਲਦੀ ਹੈਗੀ। ਮੈਂ ਕਹਿੰਦੀ ਬਹੁਤ ਔਖੀ ਹੈ ਮੇਰੀ ਜਾਨ, ਪੁੱਛ ਨਾ ਪੁੱਛ। ਹੋਰ ਦੱਸ ਆਪਣਾ ਜ਼ਰੂਰੀ ਹੈ, ਠੀਕ ਆ ਭਾਈ ਠੀਕ ਰਹਿੰਦਾ? ਹਾਂ ਹਾਂ ਚਲ ਠੀਕ ਚਾਹੀਦਾ। ਮੈਂ ਤਾਂ ਪੁੱਤ ਤੇ ਕਿਹੜਾ ਮਾਰਿਆ ਤੀ, ਕੰਮ ਆਈ ਤੀ ਤੇਰੇ ਲਵੇ ਕੋ, ਕੰਮ ਆਈ ਤੀ? ਹਾਂ ਦੱਸ ਤਾਈ, ਮੈਨੂੰ 5,000 ਰੁਪਏ ਦੀ ਲੋੜ ਆ ਪੁੱਤ। 5,000 ਦੀ ਹੁਣ ਤਾਂ ਨਹੀਂ ਹੈਗੇ ਤਾਈ ਮੇਰੇ ਕੋਲ,
ਦਵਾਈ ਲੈ ਕੇ ਆਉਣੀ ਦੀ ਤੇ ਤੈਨੂੰ ਦੱਸ ਪਤਾ ਤਾਂ ਹੈਗਾ ਅਗਲਾ ਦਵਾਈ ਕਿਹੜਾ ਸਸਤੀ ਆਉਂਦੀ ਹੈ। ਚੱਲ ਕੋਈ ਗੱਲ ਨਹੀਂ ਤਾਈ, ਤੂੰ ਸੋਚ ਨਾ ਕਰ, ਮੇਰੇ ਕੋਲ ਆ ਥੋੜੇ ਦਿਨਾਂ ਤੱਕ ਆ ਜਾਣਗੇ ਪੈਸੇ, ਅਗਲਾ ਤਾਂ ਜੇ ਇੱਕ ਅੱਧੇ ਦਿਨ ਚ ਆ ਗਏ ਮੈਂ ਤੈਨੂੰ ਆਪੇ ਦੇ ਦੂੰਗੀ, ਠੀਕ ਹੈ। ਚੱਲ ਕੋਈ ਨਾ ਪੁੱਤ, ਜਿਉਂਦੀ ਰਹਿ, ਮੈਂ ਥੋੜੇ ਥੋੜੇ ਕਰਕੇ ਮੋੜ ਦੂ ਪੁੱਤ, ਕੋਈ ਨਾ ਜਿੰਨੇ ਕਾਇਆ ਕਰਨਗੇ ਨਾ ਤੈਨੂੰ ਪੈਸੇ ਵਾਪਸ ਕਰ ਦਿਆ ਕਰੂੰਗੀ। ਮੇਰੀ ਗੱਲ ਸੁਣ ਤਾਈ, ਆ ਦੁੱਖ ਸੁੱਖ ਚ ਬੰਦਾ ਇੱਕ ਦੂਜੇ ਦੇ ਕੰਮ ਆਉਂਦਾ ਹੈਗਾ, ਏਸੇ ਚ ਹੀ ਪਰਖਿਆ ਜਾਂਦਾ ਬੰਦਾ ਵੀ ਕਿਹੜਾ ਕੰਮ ਆਉਂਦਾ ਕਿਹੜਾ ਨਹੀਂ। ਤੂੰ ਸੋਚ ਨਾ ਕਰ, ਤੈਨੂੰ ਮੈਂ ਦਵਾਈ ਵਾਸਤੇ ਪੈਸੇ ਦੇ ਦੂੰਗੀ, ਠੀਕ ਹੈ। ਤੂੰ ਦਵਾਈ ਲਈ ਆਪਦੀ ਪੁੱਛਣਾ ਬੱਚੇ, ਮੈਂ ਤਾਂ ਬਹੁਤ ਔਖੀ ਆ ਬਾਈ, ਗੋਡੇ ਤੋਂ ਤੁਰਿਆ ਨਹੀਂ ਜਾਂਦਾ, ਜਮੀ ਉੱਤੋਂ ਕੰਮ ਭਾਲਦੀ ਆ ਵੀ ਕੰਮ ਕਰ ਵੀ, ਦੱਸ ਮੈਨੂੰ ਦਵਾਈ ਬੂਟੀ ਤਾਂ ਦਵਾਓ, ਮੈਂ ਵੀ ਮੰਜੇ ਚ ਬੈਠੀ ਆ। ਛੇਤੀ ਮੋੜ ਦੋ ਪੁੱਤ, ਕੋਈ ਨਾ ਚੱਲ ਆਹ ਤਾਂ ਕੰਮ ਨਿਬੜ ਗਏ। ਹਾਂ ਸੱਚ, ਸੌਦਾ ਵੀ ਖਤਮ ਹੋ ਰਿਹਾ ਹੈਗਾ। ਇੱਕ ਗੱਲ ਹੋਰ, ਤਾਈ ਦੇ ਪੈਸੇ ਤਾਂ ਮੈਂ ਭੁੱਲੇ ਗਈ ਸੀ। ਚੱਲ ਦੇਖਦੀ ਹਾਂਗੀ, ਇਹਨਾਂ ਨੂੰ ਕਰਦੀ ਹਾਂ ਫੋਨ ਵੀ ਪੈਸਿਆਂ ਦਾ ਇੰਤਜ਼ਾਮ ਕਰ ਲੈਣਗੇ। ਹੁਣ ਜਵਾਨ ਦੇਈ ਬੈਠੀ ਹਾਂ ਤਾਈ ਨੂੰ, ਹੁਣ ਉਹਨੂੰ ਜਵਾਬ ਵੀ ਨਹੀਂ ਦੇ ਸਕਦੀ, ਵਿਚਾਰੀ ਨੇ ਦਵਾਈ ਲੈ ਕੇ ਆਉਣੀ ਹੈਗੀ। ਲਾਵਾਂ ਫੋਨ ਮੈਂ, ਹੈਲੋ। ਹੈਲੋ, ਹਾਂ ਨਿੰਮੋ, ਕੀ ਹਾਲ ਨੇ? ਵਧੀਆ ਜੀ ਵਧੀਆ, ਤੁਸੀਂ ਦੱਸੋ? ਠੀਕ ਠਾਕ। ਰੋਟੀ ਰੁਟੀ ਖਾ ਲਈ? ਹਾਂ ਖਾ ਲਈ। ਨਾਲੇ ਦਵਾਈ ਲੈ ਲਈ ਤੀ? ਤੁਹਾਨੂੰ ਕਿਹਾ ਸੀ ਵੀ ਦਵਾਈ ਲੈ ਲਿਓ, ਖਾਂਸੀ ਜੀ ਹੋ ਰਹੀ ਤੇ ਤੁਹਾਨੂੰ। ਉਹ ਤਾਂ ਵੈਸੀ ਹੋ ਗਈ ਸੀ ਖਾਂਸੀ ਮਾੜੀ ਮੋਟੀ, ਬਹੁਤ ਫਿਕਰ ਕਰਦੀ ਨੇ ਮੰਮਾ ਰਹੇ। ਆਹੋ, ਮੈਂ ਨਹੀਂ ਸੋਚ ਕਰੂੰਗੀ, ਹੋਰ ਕੌਣ ਕਰੂ, ਨਾਲੇ ਤੁਹਾਡੇ ਤੋਂ ਬਿਨਾਂ ਮੇਰਾ ਹੈ ਕੌਣ? ਤੁਸੀਂ ਤਾਂ ਉਹੀ ਗੱਲਾਂ ਕਰੀ ਜਾਂਦੇ ਹੁੰਦੇ ਹੋਗੇ। ਤੁਹਾਨੂੰ ਪਤਾ ਤਾਂ ਹੈਗਾ ਵੀ ਤੁਹਾਡੇ ਬਿਨਾਂ ਮੇਰਾ ਜੀ ਨਹੀਂ ਲੱਗਦਾ, ਇੱਕ ਬਸ ਔਖੀ ਸੌਖੀ ਰਹਿ ਨਹੀਂ ਹੈਗੀ ਮੈਂ ਘਰ ਚ ਇਕੱਲੀ। ਚਲੋ ਠੀਕ ਆ ਜੀ, ਮੈਂ ਨਹੀਂ ਕਹਿੰਦੀ ਹੈਗੀ। ਮੈਂ ਨਾ ਤੁਹਾਨੂੰ ਇੱਕ ਕੰਮ ਵਾਸਤੇ ਫੋਨ ਕਰਿਆ ਸੀਗਾ, ਥੋੜੇ ਜਿਹੇ ਪੈਸਿਆਂ ਦੀ ਲੋੜ ਸੀ। ਇੱਕ ਤਾਂ ਘਰ ਦਾ ਸੌਦਾ ਖਤਮ ਹੋਇਆ ਪਿਆ, ਨਾਲੇ ਇੱਕ ਗੱਲ ਹੋਰ, ਉਹ ਤਾਈ ਆਈ ਸੀ ਵਿਚਾਰੀ, ਬਾਹਲੀ ਬਿਮਾਰ ਹੋਈ ਪਈ ਆ, ਬਹੁਤ ਜ਼ਿਆਦਾ ਬਿਲਕਦੀ ਸੀਗੀ। ਹਾਂਜੀ, ਕਹਿੰਦੀ ਮੈਨੂੰ ਥੋੜੇ ਜਿਹੇ ਪੈਸੇ ਦੇ ਦੇ। ਉਹਨੇ ਨਾ ਘਰੇ ਕਿਹਾ ਹੁਣ ਆਪਦੇ ਮੁੰਡੇ ਨੂੰ ਦਵਾਈ ਵਾਸਤੇ, ਉਹਦੀ ਨੂੰਹ ਲੜ ਪਈ, ਕਹਿੰਦੀ ਆਖੇ ਬੁੜੀ ਨੂੰ ਦਵਾਈ ਨਹੀਂ ਦਵਾ ਕੇ ਲਿਆਉਣੀ। ਵੀ ਦੱਸ, ਤੁਸੀਂ ਨਹੀਂ ਦਵਾਈ ਦਵਾਉਂਗੇ, ਹੋਰ ਕੌਣ ਦਵਾਊਗਾ? ਹਾਂਜੀ, ਤਾਂ ਹੀ ਮੈਨੂੰ ਨਾ ਤਰਸ ਜਾ ਆ ਗਿਆ, ਮੈਂ ਕਹਤਾ ਵੀ ਚੱਲ ਤਾਈ ਮੈਂ ਦੇ ਦੂੰਗੀ ਪੈਸੇ, ਤੂੰ ਦਵਾਈ ਲਿਆਈ ਜਾ ਕੇ। ਫਿਰ ਮੇਰੇ ਕੋਲ ਪੈਸੇ ਹੈ ਨਹੀਂ ਤੇਗੇ, ਮੈਂ ਚੱਲ ਮੈਂ ਇੱਕ ਅੱਧੇ ਦਿਨ 'ਚ ਇੰਤਜ਼ਾਮ ਕਰਕੇ ਦੇ ਦੂੰਗੀ। ਇਹੀ ਤਾਂ ਗੱਲ ਹੈਗੀ ਆ ਜੀ, ਆਪਣੇ ਦੁੱਖ ਸੁੱਖ 'ਚ ਉਹੀ ਖੜਦੀ ਹੈਗੀ, ਹੋਰ ਕੋਈ ਨਹੀਂ ਖੜਦਾ, ਉਹੀ ਵਰਤਦੀ ਆ ਆਪਣੇ ਨਾਲ। ਤਾਈ ਬਾਹਲਾ ਤਰਸ ਜਾਏ ਵਿਚਾਰੀ, ਤੂੰ ਗੋਡਿਆਂ ਤੋਂ ਤੁਰਿਆ ਵੀ ਨਹੀਂ ਜਾਂਦਾ ਤੀ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ, ਵੱਧ ਹੀ ਭੇਜ ਦਿਓ ਪੈਸੇ ਨਾ। ਉਹ ਸੌਦਾ ਵੀ ਦੱਸਿਆ ਤੁਹਾਨੂੰ ਵੀ ਸੌਦਾ ਵੀ ਲਿਆਉਣਾ, ਹੀ ਨਹੀਂ ਪਤਾ ਕਿੰਨੇ ਦਾ ਆਊਗਾ ਸੌਦਾ। ਪੰਜ ਜੀ ਮੈਂ ਇਹ ਕਹਿੰਦੀ ਸੀ, 5,000 ਤਾਂ ਤਾਈ ਦੇ ਨੇ, ਬਾਕੀ ਸੌਦੇ ਦੇ ਹੋ ਗਏ, ਤੁਸੀਂ ਬਾਕੀ ਦੇਖ ਕੇ ਭੇਜ ਦਿਓ। ਠੀਕ ਹੈ ਜੀ,
ਠੀਕ ਹੈ ਜੀ, ਠੀਕ ਹੈ। ਮੈਂ ਤਾਂ ਘਰੇ ਬੈਠੀ ਹਾਂ, ਤੁਸੀਂ ਬਾਹਰ ਰਹਿੰਦੇ ਹੋ, ਤੁਸੀਂ ਆਪਦਾ ਧਿਆਨ ਰੱਖਿਆ ਕਰੋ। ਠੀਕ ਹੈ ਜੀ, ਰੱਖਦੀ ਹਾਂ ਮੈਂ ਹੁਣ ਫੋਨ। ਠੀਕ ਹੈ, ਚੱਲ ਹੁਣ ਇਹਨਾਂ ਨੂੰ ਕਹਿਤਾ ਪੈਸਿਆਂ ਨੂੰ, ਇੰਤਜ਼ਾਮ ਕਰ ਲੈਣਗੇ। ਉਹ ਵਿਚਾਰੀ ਤਾਈ ਵੀ ਝਾਕ ਕਰੂਗੀ ਵੀ ਹਾਂ ਮੈਨੂੰ ਮੁੜ ਕੇ ਸਵਾਲ ਜਵਾਬ ਕੋਈ ਪਾਈ ਨਹੀਂ ਹੈਗਾ, ਪਤਾ ਨਹੀਂ ਦੇਣੇ ਨਹੀਂ ਹੈਗੇ ਪੈਸੇ। ਜਦੋਂ ਪੈਸੇ ਆ ਗਏ ਪਹਿਲਾਂ ਉਹਨੂੰ ਪੈਸੇ ਦਊਂਗੀ, ਦਵਾਈ ਲਿਆਊਗੀ ਜਾ ਕੇ, ਬਾਕੀ ਸੌਦਾ ਸੁਦਾ ਲਿਆਊਂਗੀ। ਕੀ ਕਰਦਾ ਤੂੰ ਨਾ ਮੈਨੂੰ ਹੱਥ ਕੀ ਮਿਲਾਇਆ ਤੇ ਉਰੇ ਕੀ ਕਰਨਾ ਹੈ ਬੋਲ ਹੁਣ। ਮੈਂ ਤਾਂ ਕੁਛ ਨਹੀਂ, ਬਸ ਤੈਨੂੰ ਮਿਲਣ ਆਇਆ ਸੀ। ਮੈਨੂੰ ਮਿਲਣ ਆਇਆ ਸੀ, ਤੇਰਾ ਮਤਲਬ ਕੀ ਹੈ? ਬਕਵਾਸ ਨਾ ਕਰ, ਜਾ ਰੋ ਨਾ। ਮੈਨੂੰ ਐਂ ਦੱਸ, ਜੇ ਕਿਸੇ ਚੀਜ਼ ਦੀ ਤੈਨੂੰ ਲੋੜ ਹੁੰਦੀ ਹੈ ਤੂੰ ਸਿੱਧਾ ਮੈਨੂੰ ਕਹਿ ਦੇ ਕਰ, ਕਿਉਂ ਉਹਨੂੰ ਤੰਗ ਕਰਦੀ ਹੈ ਵਿਚਾਰੇ ਨੂੰ ਗੱਡੀ ਦੇ ਗਏ ਨੂੰ, ਆਹ ਫੋਨ ਮਾਰਦੀ ਹੈ ਨਾ। ਤੈਨੂੰ ਕਿਉਂ ਕਹੂੰਗੀ ਮੈਂ, ਤੂੰ ਮੇਰਾ ਟੇਕਾ ਲੱਗਦਾ, ਜਿਹਨੂੰ ਕਹਿਣਾ ਹੋ ਉਸੇ ਨੂੰ ਕਹੂੰਗੀ, ਨੇਰ ਸਵੇਰ ਜਦੋਂ ਮਰਜ਼ੀ ਆਵੇ, ਪਰ ਮੈਂ ਉਸੇ ਨੂੰ ਕਹੂੰਗੀ ਤੂੰ ਦਫਾ ਹੋ ਇੱਥੋਂ। ਓਏ ਕਮਲੀਏ, ਤੂੰ ਉਹਨੂੰ ਕਹਿਣੀ ਹੈ, ਉਹ ਮੈਨੂੰ ਕਹਿ ਦਿੰਦਾ, ਕੰਮ ਤਾਂ ਮੈਂ ਤੇਰੇ ਆਣਾ ਹੁੰਦਾ ਨਾ। ਤੂੰ ਕੀ ਆਪਦਾ ਪੱਲਿਓ ਦੇ ਕੇ ਜਾਂਦਾ ਹੈਗਾ, ਤੈਨੂੰ ਅਜੇ ਪੈਸੇ ਫੜਾਉਂਦਾ ਤਾਂ ਫੜਾ ਕੇ ਜਾਂਦਾ ਹੈਗਾ। ਹਾਂ ਦੇਖ, ਆਹ ਦੇਣਾ ਆਇਆ ਸੀ ਤੈਨੂੰ, ਫਿਰ ਇਹ ਵੀ ਤਾਂ ਉਸੇ ਨੇ ਭੇਜੇ ਹੋਣਗੇ, ਤੂੰ ਕੀ ਗਾਹ ਦੇ ਪੱਲਿਓ ਦੇ ਕੇ ਜਾਂਦਾ ਹੈਗਾ। ਹਾਂ ਮੈਂ ਪੱਲਿਓ ਦੇ ਕੇ ਜਾਂਦਾ, ਕਿਉਂਕਿ ਹੁਣ ਬੰਤਾ ਉਹਦਾ ਪਤਾ ਨਹੀਂ ਕਦੋਂ ਮੋੜੂ ਕਦੋਂ ਨਾ, ਪਰ ਮੈਂ ਤਾਂ ਤੈਨੂੰ ਆਪਦੇ ਪੱਲਿਓ ਦੇ ਕੇ ਜਾਂਦਾ। ਐਂ ਕਰ, ਆ ਚੱਕ ਇਹ ਪੈਸੇ ਸਾਡੇ ਹੀ ਨੇ, ਬਹੁਤੀ ਬਕਵਾਸ ਨਾ ਕਰ, ਆ ਕੇ ਉਹ ਮੋੜ ਦੂਗਾ ਤੇਰੇ ਪੈਸੇ। ਮੈਂ ਉਹਨੂੰ ਫੋਨ ਕਰਕੇ ਹੁਣੇ ਕਹਿ ਦੂੰਗੀ ਵੀ ਉਹ ਪੈਸੇ ਫੜਾ ਗਿਆ, ਤੇ ਜਦੋਂ ਤੂੰ ਆਵੇਂਗਾ ਇਹਦੇ ਪੈਸੇ ਮੋੜ ਦੀ, ਤੇ ਤੂੰ ਜਾ ਹੁਣ ਉਰੋ। ਅੱਛਾ ਇਹ ਪੈਸੇ ਤਾਂ ਤੁਹਾਡੇ ਨੇ ਤੇ ਮੈਂ ਵਿਗਿਆਨਾ, ਓਏ ਇਹ ਕਿਹੜੇ ਅਸੂਲ ਦੀ ਗੱਲ ਹੋਈ? ਤੂੰ ਨਾ ਬਹੁਤੀ ਬਕਵਾਸ ਨਾ ਕਰ, ਜੇ ਤਾਂ ਛਿੱਤਰ ਖਾਣੇ ਨੇ ਤਾਂ ਉਰੇ ਖੜ ਜਾ, ਨਹੀਂ ਤਾਂ ਦਫਾ ਹੋ ਜਾ। ਤੇਰੀ ਆ ਜਵਾਨ ਬੜੀ ਕੈਂਚੀ ਵਾਂਗੂ ਚੱਲਦੀ ਹੈ, ਅੱਜ ਇਹਨੂੰ ਕੱਟਣਾ ਦੇਵਾਂ। ਛੱਡ ਮੈਨੂੰ, ਛੱਡ ਮੈਨੂੰ, ਛੱਡ ਦੇ ਮੈਨੂੰ, ਛੱਡ ਮੈਨੂੰ, ਛੱਡ ਮੈਨੂੰ, ਜਾਨਾ ਕਿ ਦੂਰ ਚੱਲ, ਦਫਾ ਹੋ ਇੱਥੋਂ, ਦਫਾ ਹੋ। ਤੈਨੂੰ ਮੈਂ ਦੱਸਦੀ ਆ, ਦਿੰਦੀ ਆ ਮੈਂ ਤੈਨੂੰ ਪੈਸੇ, ਤੂੰ ਭਾਲਦਾ ਕੀਤੀ ਮੈਥੋਂ, ਨਿਕਲ ਜਾ ਇੱਥੋਂ, ਨਹੀਂ ਗਿੱਟੇ ਗਿੱਟੇ ਛਾਗੂ। ਆਖੇ ਸਾਡੀਆਂ ਜੁੱਤੀਆਂ, ਸਾਡੇ ਸਰ, ਸਾਡੇ ਪੈਸੇ ਲੈ ਕੇ ਆਖੇ ਮੈਨੂੰ ਸੁਣਾਉਂਦਾ ਵੀ ਮੈਂ ਪੈਸੇ ਦੇਣ ਆਇਆ, ਤੂੰ ਰੁਕ ਹੁਣ ਕਿਉਂ ਭੱਜਿਆਗਾ? ਤੈਨੂੰ ਚੰਗੀ ਤਰ੍ਹਾਂ ਦੱਸਦੀ ਮੈਂ ਵੀ ਕੀ ਲਈਦਾ, ਕਿਵੇਂ ਲਈਦਾ, ਸ਼ਰਮ ਨਹੀਂ ਆਉਂਦੀ ਇਹਨੂੰ। ਮੈਂ ਤਾਂ ਇਹਨਾਂ ਨੂੰ ਕਹਿ ਹੀ ਦੇਣਾ ਹੈਗਾ ਵੀ ਅੱਗੇ ਤੋਂ ਨਾ ਕਿਸੇ ਨੂੰ ਭੇਜਿਓ ਪੈਸੇ ਦੇ ਕੇ, ਮੈਂ ਤਾਂ ਔਖੀ ਸੌਖੀ ਅਸੀਂ ਸਾਰ ਲੂਗੀ। ਜਮੀ ਸ਼ਰਮ ਲਾ ਕੇ ਸਿੱਟ ਰੱਖੀ ਇਹਨੇ ਤਾਂ, ਅੱਜ ਤਾਂ ਹੱਦੇ ਹੋ ਗਈ ਇਹਦੇ ਵਾਲੀ, ਕੀ ਕਰਾਂ ਮੈਂ, ਆਹ ਮਜਬੂਰੀਆਂ ਨਾ ਮਾਰ ਲੈਂਦੀਆਂ ਨੇਗੀਆਂ ਬੰਦੇ ਨੂੰ। ਓ ਰੱਬਾ ਕਿ
ਕਿੰਨਾ ਯਕੀਨ ਕਰਦਾ ਹੈ ਇਹਦੇ ਤੇ, ਪਰ ਇਹ ਬੰਦਾ ਇੰਨਾ ਘਟੀਆ। ਹੁਣ ਮੈਂ ਕੀ ਕਰਾਂ, ਕਿੱਥੇ ਜਾਵਾਂ? ਹੁਣ ਤਾਂ ਤੂੰ ਹੀ ਹੈ ਰੱਬਾ, ਤੂੰ ਹੀ ਕੁਛ ਕਰ ਸਕਦਾ। ਮੇਰੇ ਤਾਂ ਬਸੋਂ ਬਾਹਰ ਹੋ ਗਿਆ ਇਹ ਕੰਮ। ਹਾਂ ਗਏ ਜੀ ਤੁਸੀਂ? ਠੀਕ ਹੈ? ਹਾਂਜੀ ਮੈਂ ਤਾਂ ਠੀਕ ਹਾਂ। ਬੈਠੋ ਤੁਸੀਂ, ਮੈਂ ਪਾਣੀ ਲੈ ਕੇ ਆਉਂਦੀ ਹਾਂ। ਹੋਰ ਠੀਕ ਠਾਕ ਤਾਂ ਰਹੀ? ਹਾਂਜੀ ਮੈਂ ਤਾਂ ਠੀਕ ਹਾਂ। ਤੁਸੀਂ ਦੱਸੋ, ਸਿਹਤ ਠੀਕ ਹੈ ਹੁਣ? ਹਾਂ ਠੀਕ ਹੈ। ਸਿਹਤ ਨੂੰ ਕੀ ਹੋਇਆ? ਅੱਛਾ ਜੀ, ਚਲੋ ਤੁਸੀਂ ਬੈਠੋ, ਮੈਂ ਰੋਟੀ ਰੂਟੀ ਬਣਾਉਣੀ ਆ ਤੁਹਾਡੇ ਨਾਲ। ਬਣਾ ਲਈ, ਬਹਿ ਜਾ ਬਿੰਦ, ਗੱਲਬਾਤ ਕਰ ਕੋਈ। ਮੈਂ ਕੀ ਗੱਲ ਕਰਾਂ ਜੀ ਹੁਣ? ਮੂੰਹ ਜਿਹਾ ਕਿਵੇਂ ਉਤਰਿਆ ਜੇ ਤੇਰਾ? ਨਾ ਜੀ, ਤੁਹਾਨੂੰ ਇਹ ਲੱਗਦਾ ਵਾ ਮੇਰਾ ਮੂੰਹ ਕਾਹਦੇ ਪਿੱਛੇ ਉਤਰਨਾ ਗਾ? ਨਾ 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 ਨਿੰਮੋ, ਮੈਂ ਤੇਰੀ ਰਗ ਰਗ ਤੋਂ ਵਾਕਿਫ ਹਾਂ। ਗੱਲ ਤਾਂ ਜ਼ਰੂਰ ਹੈ ਕੋਈ, ਤੂੰ ਲੁਕੋ ਰਹੀ ਹੈ ਮੈਥੋਂ ਕੁਛ। ਮੈਂ ਕੀ ਕਰਾਂ ਜੀ, ਮੈਂ ਤੁਹਾਨੂੰ ਕਹਿਣਾ ਨਹੀਂ ਚਾਹੁੰਦੀ ਸੀ, ਪਰ ਹੁਣ ਅੱਕ ਕੇ ਨਾ ਮੈਨੂੰ ਦੱਸਣਾ ਪੈ ਰਿਹਾ। ਹਾਂ ਹਾਂ ਦੱਸ, ਗੱਲ ਕੀ ਹੋਈ ਹੈ? ਮੈਨੂੰ ਨਾ ਅੱਜ ਜੱਸਾ ਬਹੁਤ ਤੰਗ ਕਰਦਾ। ਤੁਸੀਂ ਪੈਸੇ ਦੇ ਕੇ ਘਰੇ ਭੇਜਿਆ ਸੀ ਨਾ, ਉਹਨੇ ਮੇਰੇ ਨਾਲ ਬਦਤਮੀਜ਼ੀ ਕਰੀ। ਜੱਸੇ ਨੇ ਬਦਤਮੀਜ਼ੀ ਕਰੀ? ਹਾਂਜੀ, ਮੇਰੇ ਨਾਲ ਧੱਕਾ ਕਰਿਆ, ਧੱਕੇ ਨਾਲ ਛੇੜਦਾ ਸੀ ਮੈਨੂੰ। ਅੱਕੇ ਕਹਿੰਦਾ ਪੈਸੇ ਮੈਂ ਆਪਦੇ ਪੱਲਿਓ ਦੇ ਰਿਹਾ ਗਾ। ਮੈਂ ਕਿਹਾ ਉਹਨੂੰ ਵੀ ਪੈਸਿਆਂ ਨੂੰ ਤਾਂ ਉਹਨਾਂ ਨੇ ਕਿਹਾ ਪੈਸੇ ਸਾਡੇ ਨੇ ਗੇ, ਕਹਿੰਦਾ ਨਹੀਂ ਉਹਨੇ ਕਿਹੜਾ ਮੇਰੇ ਪੈਸੇ ਮੋੜਨੇ ਨੇ, ਮੈਂ ਆਪਦੇ ਪੱਲਿਓ ਪੈਸੇ ਦੇ ਕੇ ਜਾ ਰਿਹਾ ਤੇ ਇਹਦਾ ਹੱਕ ਲਊਂਗਾ ਮੈਂ। ਜੱਸਿਆ ਤੇਰੀ ਇਹ ਮਜ਼ਾਲ, ਤੂੰ ਲੰਗੂਟੀਆ ਯਾਰ ਹੋ ਕੇ ਇਹ ਕਰਤੂਤਾਂ ਕਰਦਾ? ਕੋਈ ਗੱਲ ਨਹੀਂ ਜੱਸਿਆ, ਖੈਰ ਨਹੀਂ ਤੇਰੀ, ਖੈਰ ਨਹੀਂ ਤੇਰੀ। ਨਿੰਮੋ ਨਿੰਮੋ ਮੈਨੂੰ ਮਾਫ ਕਰ ਦੀ, ਮੇਰੇ ਤੋਂ ਗਲਤੀ ਹੋ ਗਈ ਜਿਹੜਾ ਮੈਂ ਉਹਨੂੰ ਘਰੇ ਭੇਜਿਆ। ਮੇਰਾ ਨਾ ਜੀ ਨਹੀਂ ਕਰਦਾ ਸੀ ਤੁਹਾਡੇ 'ਚ ਫਿੱਕ ਪਾਉਣ ਨੂੰ। ਮੈਂ ਵੀ ਕੀ ਕਰਾਂ, ਮੈਂ ਅੱਕ ਕੇ ਤੁਹਾਨੂੰ ਦੱਸਿਆ, ਜਦੋਂ ਨਾ ਪਾਣੀ ਸਿਰ ਉੱਪਰ ਦੀ ਜਾਣ ਲੱਗ ਗਿਆ। ਪਹਿਲਾਂ ਤਾਂ ਉਹਦੀਆਂ ਛੋਟੀਆਂ ਮੋਟੀਆਂ ਹਰਕਤਾਂ ਦੀਆਂ ਮੈਂ ਚੁੱਪ ਕਰ ਜਾਂਦੀ ਸੀ, ਹੁਣ ਤਾਂ ਉਹਨੇ ਹੱਦੇ ਪਾਰ ਕਰਤੀ। ਠੀਕ ਹੈ ਨਿੰਮੋ, ਤੂੰ ਮੇਰੀ ਚੰਗੀ ਘਰ ਵਾਲੀ ਹੈ ਜਿਹਨੇ ਸਾਰਾ ਕੁਛ ਮੈਨੂੰ ਦੱਸਤਾ। ਜੇ ਤੂੰ ਗੱਲ ਲੁਕੋ ਲੈਂਦੀ ਤਾਂ ਪਤਾ ਨਹੀਂ ਕਿੱਥੋਂ ਕੁ ਤੱਕ ਉੱਪੜਦਾ, ਹੁਣ ਉਹਦੀ ਖੈਰ ਨਹੀਂ। ਪਰ ਮੈਨੂੰ ਲੱਗਦਾ ਵੀ ਤੁਹਾਡੇ ਸਾਹਮਣੇ ਤਾਂ ਉਹ ਫਿਰ ਵੀ ਚੰਗਾ ਬਣੂਗਾ। ਮੈਂ ਤੁਹਾਨੂੰ ਇਹ ਕਹਿੰਦੀ ਸੀ ਵੀ ਤੁਸੀਂ ਨਾ ਆਪਦੇ ਸਾਹਮਣੇ ਉਹਨੂੰ ਪਰਤਿਆ ਕੇ ਦੇਖ ਲਓ, ਇੱਕ ਵਾਰ ਉਹਨੂੰ ਅਜ਼ਮਾ ਕੇ ਦੇਖੋ ਆਪਦੇ ਸਾਹਮਣੇ। ਫਿਰ ਵੀ ਮੈਨੂੰ ਐਂ ਜੇ ਮਹਿਸੂਸ ਹੋ ਰਿਹਾ ਨਾ ਵੀ ਕਿਤੇ ਤੁਹਾਡੇ ਮਨ 'ਚ ਐਂ ਨਾ ਜਾਵੇ ਵੀ ਮੈਂ ਜਾਣ ਕੇ ਤੁਹਾਡੇ 'ਚ ਫਿੱਕ ਪਵਾ ਰਹੀ ਹੈਗੀ। ਤੈਨੂੰ ਵਿਸ਼ਵਾਸ ਨਹੀਂ ਮੇਰੇ 'ਤੇ ਨਿੰਮੋ? ਵਿਸ਼ਵਾਸ ਨਹੀਂ ਮੇਰੇ 'ਤੇ? ਨਹੀਂ ਜੀ, ਮੈਨੂੰ ਫਿਰ ਵੀ ਐਂ ਹੁੰਦਾ, ਅਗਲਾ ਕਹਿ ਦਿੰਦਾ ਵੀ ਇਹਨੇ ਕੱਲ੍ਹ ਦੀ ਆਈ ਨੇ ਸਾਡੇ 'ਚ ਫਿੱਕ ਪਵਾਤੀ। ਤੁਸੀਂ ਨਾ ਆਪਦੀਆਂ ਨਜ਼ਰਾਂ ਸਾਹਮਣੇ ਉਹਨੂੰ ਪਰਤਿਆ ਕੇ ਦੇਖੋ। ਲੈ ਫਿਰ ਐਂ ਕਰ, ਫੋਨ ਕਰਕੇ ਉਹਨੂੰ ਬੁਲਾ ਕਰ। ਮੈਂ ਇਹ ਕਹਿੰਦੀ ਹਾਂ ਤੁਹਾਨੂੰ ਵੀ ਤੁਸੀਂ ਕਹੋ ਉਹਨੂੰ ਵੀ ਤੂੰ ਪੈਸੇ ਫੜਾ ਜਾ ਘਰੇ। ਮੈਂ ਕਹਿ ਦਿੰਦਾ ਉਹਨੂੰ ਕਿਹੜਾ ਪਤਾ ਵੀ ਤੁਸੀਂ ਘਰੇ ਆ ਗਏ।
ਤੁਸੀਂ ਫੋਨ ਕਰੋ ਉਹਨੂੰ ਵੀ ਪੈਸੇ ਫੜਾ ਕੇ ਜਾ ਕਰੇ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਉਹ ਕੀ ਹਰਕਤਾਂ ਕਰਦਾ ਗਾ। ਮੈਨੂੰ ਤਾਂ ਦੱਸਦੀ ਨੂੰ ਵੀ ਸ਼ਰਮ ਆਉਂਦੀ ਆ। ਠੀਕ ਹੈ ਫਿਰ, ਇਹ ਕੰਮ ਵੀ ਕਰਕੇ ਦੇਖ ਹੀ ਲੈਂਦੇ। ਤੁਸੀਂ ਕਰੋ ਫੋਨ ਉਹਨੂੰ, ਉਹਨੂੰ ਤਾਂ ਬਹਾਨਾ ਚਾਹੀਦਾ ਉਰੇ ਆਉਣ ਦਾ। ਪਹਿਲਾਂ ਇੱਕ ਵਾਰ ਤਾਂ ਮੈਂ ਭਜਾ ਤਾ ਸੀ, ਪਰ ਮੈਨੂੰ ਪਤਾ ਵੀ ਉਹਨੇ ਟਿਕਣਾ ਨਹੀਂ ਹੈਗਾ, ਉਹ ਫੇਰ ਪੰਗੇ ਲਊਗਾ। ਚੱਲ ਮੈਂ ਫੋਨ ਲਾਉਣਾ ਉਹਨੂੰ। ਹਾਂ ਸੱਚ, ਤੁਸੀਂ ਰਹਿਣ ਦਿਓ, ਉਹਦੀ ਤਾਂ ਮੇਰੇ ਨਾਲ ਲੜਾਈ ਹੋਈ ਹੋਈ ਆ, ਉਹਨੇ ਨਹੀਂ ਆਉਣਾ ਹੈਗਾ ਘਰੇ, ਮੈਨੂੰ ਪਤਾ। ਉਹਦੀ ਚੰਗੀ ਸੇਵਾ ਹੋਈ ਆ ਉਸ ਦਿਨ, ਜੇ ਉਹਨੂੰ ਮਾੜੀ ਮੋਟੀ ਸ਼ਰਮ ਹੋ ਗਈ ਨਾ, ਉਹਨੇ ਨਹੀਂ ਆਉਣਾ ਹੈਗਾ। ਮੈਂ ਕਰਦੀ ਹਾਂ ਫੋਨ ਉਹਨੂੰ, ਤੁਸੀਂ ਰਹਿਣ ਦਿਓ। ਹੈਲੋ, ਹਾਂ ਜੱਸੇ, ਮੈਂ ਹੀ ਕੀਤਾ ਫੋਨ, ਕੋਈ ਹੋਰ ਨਹੀਂ ਹੈਗਾ। ਮੈਂ ਤੈਨੂੰ ਐਂ ਕਹਿੰਦੀ ਸੀ ਵੀ ਮੈਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ, ਮੈਂ ਤੇਰੇ ਨਾਲ ਬਹੁਤ ਮਾੜਾ ਕੀਤਾ। ਨਹੀਂ ਨਹੀਂ, ਮੈਂ ਝੂਠ ਨਹੀਂ ਬੋਲ ਰਹੀ, ਸੱਚ ਬੋਲ ਰਹੀ ਹਾਂ। ਤੂੰ ਮੈਨੂੰ ਬਹੁਤ ਪਿਆਰ ਕਰਦਾ, ਹਾਂ ਮੈਨੂੰ ਯਕੀਨ ਹੈ ਤੇਰੇ 'ਤੇ। ਅੱਛਾ ਠੀਕ ਹੈ, ਜੇ ਤੂੰ ਮੈਨੂੰ ਪਿਆਰ ਕਰਦਾ ਨਾ, ਤੂੰ ਮੇਰੇ ਘਰ ਆ ਕੇ ਜਾ, ਹੁਣੇ ਆ ਜਾ। ਠੀਕ ਹੈ, ਚੰਗਾ, ਮੈਂ ਤੇਰਾ ਇੰਤਜ਼ਾਰ ਕਰ ਰਹੀ ਹਾਂ। ਹਾਂ ਹਾਂ ਆ ਜਾ, ਕੋਈ ਡਰ ਵਾਲੀ ਗੱਲ ਨਹੀਂ ਹੈਗੀ। ਠੀਕ ਹੈ, ਆ ਰਹੇ ਆ। ਹੁਣ ਤੁਸੀਂ ਆਪਦੀਆਂ ਅੱਖਾਂ ਨਾਲ ਦੇਖ ਲਿਓ ਵੀ ਉਹ ਕੀ ਕਰਦਾ ਕੀ ਨਹੀਂ ਕਰਦਾ। ਆ ਗਿਆ ਜੱਸੇ? ਹਾਂ ਹਾਂ ਮੈਂ ਤਾਂ ਆ ਗਿਆ, ਮੈਨੂੰ ਤਾਂ ਯਕੀਨ ਹੀ ਨਾ ਆਵੇ ਵੀ ਤੂੰ ਫੋਨ ਕਰਕੇ ਮੈਨੂੰ ਬੁਲਾਇਆ। ਦੇਖ ਲੈ ਜਦੋਂ ਦਾ ਤੂੰ ਨਿੰਮੋ ਮੈਨੂੰ ਫੋਨ ਕਰੇ ਨਾ, ਮੈਂ ਤਾਂ ਧਰਤੀ 'ਤੇ ਪੈਰ ਲਾਏ ਨਹੀਂ, ਬਸ ਉੱਡਦੀ ਆਇਆ ਤੇਰੇ ਕੋਲ। ਮੈਨੂੰ ਨਾ ਉਸ ਦਿਨ ਬਹੁਤ ਪਛਤੇਵਾ ਹੋਇਆ ਵੀ ਮੈਂ ਤੇਰੇ 'ਤੇ ਹੱਥ ਚੱਕਿਆ, ਮੈਨੂੰ ਮਾਫ਼ ਕਰ ਦੇ, ਮੇਰੇ ਤੋਂ ਗਲਤੀ ਹੋ ਗਈ। ਨਾ 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 ਨਾ, ਮਾਫ਼ੀ ਵਾਲੀ ਕੀ ਗੱਲ ਹੈ ਯਾਰ, ਤੂੰ ਆਪਦੀ ਜਗ੍ਹਾ 'ਤੇ ਬਿਲਕੁਲ ਸਹੀ ਸੀ, ਬਸ ਮੇਰੇ ਹੀ ਤੇਰਾ ਹਾਲ ਚਾਲ ਪੁੱਛਣ ਦਾ ਤਰੀਕਾ ਥੋੜ੍ਹਾ ਜਿਹਾ ਗਲਤ ਲੱਗਿਆ। ਮੈਂ ਤਾਂ ਐਂ ਸੋਚਦੀ ਹਾਂ ਵੀ ਜੇ ਤੇਰੇ ਬਾਈ ਨੂੰ ਪਤਾ ਲੱਗ ਗਿਆ ਉਹ ਕੀ ਸੋਚੂਗਾ। ਉਹ ਬਾਈ ਨੂੰ ਦੱਸੂ ਕੌਣ ਕਾਮਲੀਏ, ਨਾ ਤੂੰ ਦੱਸਣਾ ਨਾ ਮੈਂ ਦੱਸਣਾ, ਤੇ ਬਾਈ ਆਪਣਾ ਗੱਡੀ ਚਲਾਉਂਦਾ ਫਿਰਦਾ ਫਰੀ ਜਾਣ ਦੇ ਉੱਥੇ, ਨਾਲੇ ਤੈਨੂੰ ਨਹੀਂ ਪਤਾ ਬਾਹਰ ਬਹੁਤ ਕੁਛ ਹੁੰਦਾ। ਨਹੀਂ ਨਹੀਂ ਜੱਸੇ, ਤੇਰੇ 'ਤੇ ਬਹੁਤ ਵਿਸ਼ਵਾਸ ਕਰਦਾ ਤੇਰਾ ਬਾਈ, ਮੈਨੂੰ ਨਾ ਫਿਰ ਵੀ ਸਹੀ ਜਿਹਾ ਨਹੀਂ ਲੱਗ ਰਿਹਾ ਇਹ ਗੁੱਸਾ। ਉਹ ਤੂੰ ਤਾਂ ਕਾਮਲੀ ਹੋ ਗਈ, ਸਹੀ ਵਾਲੀ ਕੀ ਗੱਲ ਹੈ, ਇਹ 'ਚ ਆਪਾਂ ਗਲਤ ਵੀ ਕੀ ਕਰ ਰਹੇ ਹਾਂ। ਦੇਖ ਮੈਂ ਤੇਰੀ ਰਾਖੀ ਰੱਖਿਆ ਕਰੂੰਗਾ, ਰਾਖੀ ਵਾਸਤੇ ਕਹਿਣਾ ਮੈਂ ਤਾਂ। ਬੰਤੇ ਤੂੰ ਤੂੰ ਬਈ? ਹਾਂ ਮੈਂ ਹਰਾਮਜ਼ਾਦਿਆ, ਇਹ ਕਰਤੂਤਾਂ ਕਰਦੇ ਤੂੰ, ਲੰਗੂਟੀਆ ਯਾਰ ਹੋ ਕੇ ਯਾਰ ਦੀ ਪਿੱਠ 'ਚ ਛੁਰਾ ਮਾਰਦੇ ਤੂੰ। ਉਹ ਬਈ ਨਾ ਨਾ, ਮੈਂ ਤਾਂ ਬਸ ਐਂ ਤੇ ਵੀ ਚੱਲ ਭਾਬੀ ਵਿਚਾਰੀ ਇਕੱਲੀ ਰਹਿੰਦੀ ਹੈ। ਬਸ ਬਹੁਤ ਬਕਵਾਸ ਸੁਣ ਲਈ ਤੇਰੀ ਨਿੰਮੋ, ਮੈਂ ਕੁਛ ਨਹੀਂ ਕਹਿਣਾ ਇਹਨੂੰ, ਬਸ ਜਿੰਨਾ ਹੱਥਾਂ ਨਾਲ ਇਹਨੇ ਤੈਨੂੰ ਛੂਹਿਆ ਨਾ, ਉਹਨਾਂ ਹੱਥਾਂ ਨਾਲ ਇਹਦਾ ਮੂੰਹੇ ਮੂੰਹ ਕੁੱਟ। ਬੰਤੇ ਨਾ ਨਿੰਮੋ, ਚੱਲ ਨਾ ਨਾ ਲੈ ਨਿੰਮੋ ਨਾ। ਮੈਂ ਆਪਦੇ ਹੱਥ ਨਹੀਂ ਗੰਦੇ ਕਰਨੇ ਜੀ, ਮੇਰੇ ਤਾਂ ਨਾ ਇਹਦੀ ਸ਼ਕਲ ਦੇਖਣ ਨੂੰ ਜੀ ਨਹੀਂ ਕਰਦਾ।
ਮੈਂ ਤੁਹਾਨੂੰ ਇਹਦੀ ਸੱਚਾਈ ਦਿਖਾਉਣੀ ਸੀ, ਦਿਖਾਤੀ, ਹੁਣ ਤੁਸੀਂ ਸਜ਼ਾ ਦਿਓ ਇਹਨੂੰ। ਤੜਫਦੇ ਕੁੱਤੇ, ਜਾ ਜਾ, ਅੱਜ ਤੋਂ ਬਾਅਦ ਸ਼ਕਲ ਨਾ ਦਿਖਾ ਦੇ ਮੈਨੂੰ। ਨਿਕਲ ਇੱਥੋਂ, ਤੈਨੂੰ ਤਾਂ ਨਹੀਂ ਸ਼ਰਮ? ਦੇਖਿਆ ਜੀ ਕਿੰਨੀ ਘਟੀਆ ਸੋਚਦੀ ਇਹਦੀ। ਬੰਤਿਆ, ਤੂੰ ਯਾਦ ਰੱਖੇਗਾ ਵੀ ਤੈਂ ਦੁਸ਼ਮਣੀ ਪਾਈ ਹੈ ਤਾਂ ਪਈ ਹੈ ਕਿਹਦੇ ਨਾਲ? ਜੱਸਾ ਨਾਂ ਹੈ ਮੇਰਾ, ਜੱਸਾ। ਅਤੇ ਨਿੰਮ, ਤੂੰ ਜਿਹੜੇ ਹੱਥਾਂ ਨਾਲ ਤੂੰ ਮੇਰੇ ਮੂੰਹ 'ਤੇ ਥੱਪੜ ਮਾਰੇ ਨੇ ਨਾ, ਇਹਨਾਂ ਹੱਥਾਂ ਨਾਲ ਦੇਖੀ ਤੂੰ ਤੇਰੇ ਨਾਲ ਕੀ ਬਣੂ? ਤੂੰ ਪਛਤਾਏਗੀ ਵੀ ਕਾਸ਼ ਇਹ ਹੱਥ ਮੈਂ ਜੱਸੇ ਦੇ ਮੂੰਹ 'ਤੇ ਨਾ ਮਾਰੇ ਹੁੰਦੇ, ਆ ਥੱਪੜ ਮੈਂ ਜੱਸੇ ਦੇ ਨਾ ਮਾਰਿਆ ਹੁੰਦਾ। ਪਛਤਾਏਗੀ ਨਿੰਮੋ, ਪਛਤਾਏਗੀ। ਚੰਗਾ ਕੀਤਾ ਨਿੰਮੋ ਤੂੰ ਸੱਚਾਈ ਮੇਰੀ ਅੱਖਾਂ ਦੇ ਸਾਹਮਣੇ ਲਿਆਤੀ, ਨਹੀਂ ਤਾਂ ਮੈਨੂੰ ਯਕੀਨ ਹੀ ਨਹੀਂ ਆਉਣਾ ਸੀ। ਮੈਂ ਤਾਂ ਜੀ ਜਦੋਂ ਤੁਹਾਨੂੰ ਦੱਸਿਆ ਨਾ, ਫਿਰ ਵੀ ਮੈਨੂੰ ਆਪਣੇ ਮਨ ਨੂੰ ਇਹ ਲੱਗਿਆ ਵੀ ਤੁਸੀਂ ਇੱਕ ਵਾਰ ਆਪਦੀਆਂ ਅੱਖਾਂ ਨਾਲ ਦੇਖ ਲਓਗੇ ਨਾ, ਤੁਹਾਨੂੰ ਪੂਰਾ ਵਿਸ਼ਵਾਸ ਹੋ ਜਾਊਗਾ। ਕੋਈ ਐਂ ਤਾਂ ਨਹੀਂ ਕਹੂਗਾ ਵੀ ਇਹ ਕੱਲ ਦੀ ਆਈ ਨੇ, ਇਹਨਾਂ 'ਚ ਫਿੱਕ ਪਵਾਤੀ। ਮੈਨੂੰ ਇਸੇ ਚੀਜ਼ ਦਾ ਡਰ ਸੀ ਵੀ ਤੁਸੀਂ ਮੇਰੇ 'ਤੇ ਵਿਸ਼ਵਾਸ ਰੱਖੋ। ਬਸ ਬਸ, ਚੱਲ ਕੋਈ ਗੱਲ ਨਹੀਂ, ਹੁਣ ਚਿੱਤ ਹੌਲਾ ਨਾ ਕਰ, ਰੋਟੀ ਪਾਣੀ ਬਣਾ ਲੈ। ਬਸ ਜੀ ਹੁਣ ਤੁਸੀਂ ਮੇਰੇ ਕੋਲ ਹੀ ਰਹੋ, ਮੈਨੂੰ ਛੱਡ ਕੇ ਨਾ ਜਾਇਓ। ਆਹ ਬੰਦੇ ਦੇ ਜਾਣ ਤੋਂ ਬਾਅਦ ਨਾ ਮੈਨੂੰ ਡਰ ਜਿਹਾ ਲੱਗਣ ਲੱਗ ਗਿਆ, ਮੈਂ ਨਹੀਂ ਹੁਣ ਇਕੱਲੀ ਰਹਿ ਸਕਦੀ। ਮੈਂ ਤੇਰੇ ਕੋਲ ਹਾਂ ਨਿੰਮੋ, ਹਰ ਵਕਤ ਤੇਰੇ ਕੋਲ ਹਾਂ। ਬਸ ਇਹ ਗਲਤੀ ਦੀ ਮਾਫ਼ੀ ਦੇ ਦੇ ਮੈਨੂੰ ਕਿ ਮੈਂ ਇਹਨੂੰ ਤੇਰੇ ਕੋਲ ਭੇਜਿਆ। ਨਹੀਂ ਨਹੀਂ ਜੀ, ਤੁਸੀਂ ਤਾਂ ਸਹੀ ਸਮਝ ਕੇ ਭੇਜਿਆ ਸੀ, ਜਦੋਂ ਹੁਣ ਇਹਦੀ ਸੋਚ ਹੀ ਗੰਦੀ ਸੀ, ਇਹ 'ਚ ਆਪਾਂ ਕੀ ਕਰ ਸਕਦੇ ਹਾਂ। ਚਲੋ ਹੁਣ ਤੁਸੀਂ ਬੈਠੋ, ਮੈਂ ਤੁਹਾਡੇ ਲਈ ਰੋਟੀ ਬਣਾਉਣੀ ਆ। ਕਿੰਨੇ ਦਿਨਾਂ ਬਾਅਦ ਤੁਸੀਂ ਘਰ ਆਏ ਹੋ, ਆ ਜਾਓ। ਉਸ ਦਿਨ ਦੀ ਘਟਨਾ ਤੋਂ ਬਾਅਦ ਜੱਸੇ ਨੇ ਇੱਕ ਚਾਲ ਚੱਲੀ, ਬੰਤੇ ਦੀ ਗੱਡੀ ਵਿੱਚ ਭੁੱਕੀ ਰੱਖ ਕੇ ਪੁਲਿਸ ਨੂੰ ਦੱਸ ਦਿੱਤਾ ਕਿ ਬੰਤਾ ਭੁੱਕੀ ਦਾ ਬਲੈਕੀਆ ਹੈ। ਪੁਲਿਸ ਨੇ ਬੰਤੇ ਨੂੰ ਫੜ ਲਿਆ ਅਤੇ ਬੰਤੇ ਨੂੰ ਕੈਦ ਹੋ ਗਈ। ਨਿੰਮੋ, ਅੱਜ ਦੇਖਦਾ ਤੈਨੂੰ ਮੇਰੇ ਹੱਥੋਂ ਕੌਣ ਬਚਾਉਂਦਾ ਹੈ, ਕਿਉਂਕਿ ਤੇਰੇ ਬੰਤੇ ਨੂੰ ਤਾਂ ਮੈਂ ਜੇਲ੍ਹ ਕਰਵਾਤੀ। ਅੱਜ ਬਚੀ, ਅੱਜ ਬਚ। ਤੂੰ ਉਰੇ ਕੀ ਕਰਨ ਆਇਆ? ਤੂੰ ਭੁੱਲ ਗਈ ਉਸ ਦਿਨ ਨੂੰ? ਮੈਂ ਉਸ ਦਿਨ ਦਾ ਬਦਲਾ ਲੈਣ ਆਇਆ। ਆਹ ਬੰਤੇ ਨੂੰ ਤਾਂ ਟੰਗਾਤਾ ਜੇਲ੍ਹ 'ਚ, ਤੂੰ ਛੱਡ ਮੈਨੂੰ। ਕੀ ਗੱਲ ਹੈ? ਚਲਾ ਚਲਾ, ਅਜੇ ਹੱਥ ਕਿਉਂ ਨਹੀਂ ਚੱਲ ਰਹੇ ਤੇਰੇ? ਛੱਡ ਦੇ ਮੈਨੂੰ, ਛੱਡ ਮੈਨੂੰ। ਛੱਡਦਾ ਛੱਡਦਾ, ਕੋਈ ਤੈਨੂੰ ਛੱਡਣ ਵਾਸਤੇ ਨਹੀਂ ਫੜਿਆ। ਨਾ ਤੈਨੂੰ ਸ਼ਰਮ ਨਹੀਂ ਆਈ? ਤੂੰ ਇੰਨੀ ਬੇਇੱਜ਼ਤੀ ਕਰਾ ਕੇ ਗਿਆ, ਤੂੰ ਮੇਰੇ ਹੱਥੋਂ ਥੱਪੜ ਖਾ ਕੇ ਗਿਆ, ਹਜੇ ਵੀ ਤੂੰ ਕਿਹੜੇ ਮੂੰਹ ਨਾਲ ਉਰੇ ਆ ਖੜਿਆ?
ਤੂੰ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਸੀ ਘਰੇ ਬਣਾ ਕੇ ਉਸ ਬੰਤੀ ਦੇ ਸਾਹਮਣੇ ਮੇਰੇ ਮੂੰਹ ਤੇ ਥੱਪੜ ਮਾਰੇ ਨਾ ਚਲਾ ਚਲਾ ਅੱਜ ਹੱਥ ਚਲਾ ਅੱਜ ਕਿਉਂ ਨਹੀਂ ਤੇਰੀ ਬੋਲਤੀ ਬੰਦਾ ਦੱਸ ਮੈਨੂੰ ਵਿਸ਼ਵਾਸਘਾਤ ਤੂੰ ਕਰ ਰਿਹਾ ਸੀ ਮੈਂ ਨੀ ਮੈਂ ਤਾਂ ਉਹਦੇ ਘਰ ਵਾਲੇ ਦਾ ਵਿਸ਼ਵਾਸ ਬਣਾ ਕੇ ਰੱਖਿਆ ਸੀ ਨੀਅਤ ਤਾਂ ਤੇਰੀ ਵਰਕਤੀ ਤੇਰੀ ਖੋਟੀ ਨੀਤ ਸੀ ਲੈ ਫਿਰ ਜੇ ਮੇਰੀ ਖੋਟੀ ਨੀਤ ਹੈ ਤਾਂ ਅੱਜ ਫਿਰ ਮੇਰੀ ਚੰਗੀ ਤਰ੍ਹਾਂ ਦੇਖ ਤੂੰ ਕਿ ਨੀਤ ਮੇਰੀ ਖੋਟੀ ਹੈ ਕਿ ਕੀ ਹੈ ਉਹ ਤਾਂ ਮੈਨੂੰ ਪਤਾ ਹੀ ਹੈ ਓਏ ਗੇਟ ਖੋਲ ਗੇਟ ਖੋਲ ਤੂੰ ਨਿੰਮੋ ਨਿੰਮੋ ਗੇਟ ਖੋਲ ਨਿੰਮੋ ਨਿੰਮੋ ਤੂੰ ਮੇਰੀ ਗੱਲ ਸੁਣ ਤੂੰ ਤੂੰ ਇੱਕ ਵਾਰੀ ਬਾਹਰ ਖੋਲ ਦੇ ਮੈਂ ਮੈਂ ਤੇਰੇ ਨਾਲ ਵਾਅਦਾ ਕਰਦਾ ਸੱਚੀ ਮੈਂ ਤੈਨੂੰ ਕੁਛ ਨਹੀਂ ਕਹੂੰਗਾ ਤੂੰ ਤੂੰ ਨਾ ਇੱਕ ਵਾਰੀ ਬਾਹਰ ਖੋਲ ਦੇ ਬਸ ਬਾਹਰ ਖੋਲ ਦੇ ਬਾਹਰ ਕਾਹਦੀ ਖੋਲ ਦੇ ਮੈਨੂੰ ਤੇਰੀ ਕਿਸੇ ਗੱਲ ਦਾ ਵਿਸ਼ਵਾਸ ਨਹੀਂ ਨਾਲੇ ਤੇਰੇ ਵਰਗੇ ਦਰਿੰਦੇ ਦੇ ਹੱਥੋਂ ਆਪਦੀ ਇੱਜ਼ਤ ਲੁਟਾਉਣ ਨਾਲ ਤਾਂ ਮੈਨੂੰ ਮਰਨਾ ਚੰਗਾ ਮੈਨੂੰ ਮਰਨਾ ਚੰਗਾ ਓ ਨਿੰਮੋ 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 ਓ ਤੂੰ ਐਵੇਂ ਨਾ ਕਰ ਤੈਨੂੰ ਮੇਰਾ ਵਾਸਤਾ ਹੈ ਤੇਰੇ ਬੰਤੇ ਦਾ ਵਾਸਤਾ ਹੈ ਮਾਫ ਕਰ ਦਿਓ ਜੀ ਜੀ ਮੈਨੂੰ ਮਾਫ ਕਰ ਦਿਓ ਓਏ ਓਏ ਤੇ ਬੰਤਾ ਜਦੋਂ ਸਜ਼ਾ ਕੱਟ ਕੇ ਵਾਪਸ ਆਇਆ ਤਾਂ ਸਭ ਕੁਝ ਖਤਮ ਹੋ ਚੁੱਕਿਆ ਸੀ ਨਿੰਮੋ ਖੁਦਕੁਸ਼ੀ ਕਰ ਗਈ ਸੀ ਤਾਈ ਨੇ ਬੰਤੇ ਨੂੰ ਦੱਸਿਆ ਕਿ ਇਹ ਸਭ ਦਾ ਕਾਰਨ ਜੱਸਾ ਹੈ ਤੇ ਬੰਤੇ ਨੇ ਕਸਮ ਖਾਧੀ ਕਿ ਮੈਂ ਜੱਸੇ ਨੂੰ ਜਿਉਂਦਾ ਨਹੀਂ ਛੱਡਾਂਗਾ ਤੇ ਬੰਤੇ ਨੇ ਇੱਕ ਤਾਂ ਹਾਂ ਦਾਤੀ ਪਤਾ ਨਹੀਂ ਮੈਂ ਕਿੱਥੇ ਰੱਖ ਕੇ ਭੁੱਲ ਗਿਆ ਹਾਂ ਯਾਦਾਸ਼ਤ ਵੀ ਜਮੀ ਕਮਜ਼ੋਰ ਹੋ ਰਹੀ ਹੈ ਉੱਪਰੋਂ ਛੰਡੇ ਵਾਲੀ ਮੋਟਰ ਦੇ ਵੀ ਗੇੜਾ ਮਾਰ ਕੇ ਆਉਣਾ ਉਹ ਵੀ ਮੋਟਰ ਚੱਲੀ ਜਾਂਦੀ ਹੈ ਦਾਤੀ ਕਿੱਥੇ ਰੱਖਤੀ ਮੇਰੇ ਕੋਲ ਹੈ ਦਾਤੀ ਆ ਜਾ ਤੈਨੂੰ ਇਹ ਟੋਲ ਰਿਹਾ ਸੀ ਬੰਤੇ ਤੂੰ ਹਾਂ ਮੈਂ ਬੰਤੇ ਬਾਈ ਤੂੰ ਮੇਰੀ ਗੱਲ ਸਮਝ
ਜੱਸੇ ਨੂੰ ਮਾਰ ਦਿੱਤਾ। ਇਸ ਤਰ੍ਹਾਂ ਦੋ ਘਰ ਇੱਕ ਛੋਟੀ ਜਿਹੀ ਗਲਤੀ ਨੂੰ ਉਜਾੜ ਦਿੱਤੇ। ਸਤਿ ਸ਼੍ਰੀ ਅਕਾਲ ਦੋਸਤੋ, ਕਿੱਦਾਂ ਦੀ ਲੱਗੀ ਕਹਾਣੀ? ਜੇ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਅਗਲੀ ਵੀਡੀਓ ਤੁਹਾਡੇ ਤੱਕ ਛੇਤੀ ਤੋਂ ਛੇਤੀ ਪਹੁੰਚ ਸਕੇ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਹਦੀ ਐਕਟਿੰਗ ਕਿੱਦਾਂ ਦੀ ਲੱਗੀ।